शक ना करो है पता करो सच दा बस जी इदा लिखते लिखते वधिया लिखण लग गए होर मुंडियां नूं दिखाउण लग गए सारे कहिंदे फिर मैं कोशिश की थी भी चलो रिकॉर्ड कराइए अच्छा जी बड़े गेड़े कढे जी मैं इत्थे गाउण वालियां कोल हाँ जी बहुत ज़्यादा अच्छा जी फिर रमला जी मिले अच्छा जी उन्हां नूं मैं गीत पहली गल तो जी उत्थे बहुत औखा सुनदा ही कोई नहीं गीतकारां दी गीतकार हज़ारां ही तुरे फिरदे सी उस टाइम 'च कापियां चुक्कियां होईयां हत्थां 'च फिरी जांदे बेचारे कोई नहीं सुन रिकॉर्ड ਉਹਨਾਂ ਦੇ ਹੁੰਦੇ ਸੀ ਜਿਨ੍ਹਾਂ ਦੇ ਪਹਿਲਾਂ ਹੋਏ ਆ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਸੀ ਹਾਂਜੀ ਉਹਨਾਂ ਦੀ ਦੇਖੇ ਹੀ ਗੀਤ ਉਹਨਾਂ ਦੇ ਸੁਣੇ ਜਾਂਦੇ ਸੀ ਵੀ ਵਧੀਆ ਜਾਂ ਘਟਿਆ ਠੀਕ ਆ ਚਾਹ ਕਿਸੇ ਦੇ ਇੱਕ ਜਾਂ ਦੋ ਵੀ ਰਿਕਾਰਡ ਹੋਏ ਉਹਨੂੰ ਪੁੱਛ ਲੈਂਦੇ ਸੀ ਵੀ ਲੈ ਤੂੰ ਕੀ ਲਿਖਿਆ ਹਾਂਜੀ ਦੂਸਰੇ ਨੂੰ ਨਹੀਂ ਸੀ ਦੂਸਰੇ ਦੀ ਤਾਂ ਕੋਈ ਉੱਥੇ ਪੁੱਛ ਕੇ ਅੱਛੀ ਨਹੀਂ ਸੀ ਠੀਕ ਆ ਉਸ ਤੋਂ ਬਾਅਦ ਰਮਲਾ ਜੀ ਬਹੁਤ ਵਧੀਆ ਬੰਦੇ ਆ ਜੀ ਉਹਨਾਂ ਨੇ ਦੇਖਿਆ ਮੈਨੂੰ ਕਹਿੰਦਾ ਬਾਈ ਯਾਰ ਤੂੰ ਰੋਜ਼ ਆਉਣਾ ਅੱਛਾ ਚੁਲਿਆ ਮੈਨੂੰ ਦਿਖਾ ਤੁਸੀਂ ਮਤਲਬ ਰੋਜ਼ਾਨਾ ਹੀ ਜਾਂਦੇ ਹੁੰਦੇ ਸੀ ਹਾਂਜੀ ਰੋਜ਼ਾਨਾ ਰੋਜ਼ਾਨਾ ਦੂਸਰੇ ਤੀਸਰੇ ਰੋਜ਼ਾਨਾ ਅੱਛਾ ਜੀ ਹਫ਼ਤੇ ਦੇ ਜਾਨੀ ਦੋ ਤਿੰਨ ਗੀਤ ਗੇੜੇ ਲੱਗ ਜਾਂਦੇ ਸੀ ਲੱਗ ਜਾਂਦੇ ਵੱਧ ਹੀ ਲੱਗ ਜਾਂਦੇ ਸੀ ਜੀ ਅੱਛਾ ਜੀ ਅਤੇ ਮੈਂ ਦਿਖਾਏ ਜੀ ਠੀਕ ਆ ਉਹ ਕਹਿੰਦਾ ਯਾਰ ਗੀਤ ਤਾਂ ਕਲਮ ਤਾਂ ਤੇਰੀ ਵਧੀਆ ਵਾ ਅੱਛਾ ਜੀ ਮੈਂ ਕਿਹਾ ਜੀ ਤੁਸੀਂ ਮਿਹਰਬਾਨੀ ਕਰ ਦਿਓ ਕੋਈ ਦੇਖਦਾ ਹੀ ਨਹੀਂ ਹੈ ਠੀਕ ਆ ਉਹ ਕਹਿੰਦਾ ਚੱਲ ਠੀਕ ਆ ਉਹ ਫਿਰ ਮੇਰਾ ਗੀਤ ਉਹਨੇ ਪਾਇਆ ਤੇਰਾ ਨਸ਼ਾ ਭਾਬੀ ਨਹੀਂ ਦੌਰ ਨੂੰ ਬੋਤਲ ਜਿੰਨਾ ਰਹਿੰਦਾ ਐਲ ਪੀ ਰਿਕਾਰਡ ਆਇਆ ਹਾਂਜੀ ਠੀਕ ਹੈ ਜੀ ਉਹਨੇ ਉਦੋਂ ਹੀ ਕਹਿਤਾ ਕਹਿੰਦਾ ਆ ਗੀਤ ਤੇਰਾ ਮੱਖਣ ਸਿੰਘ ਕਰਾ ਦਾਂਗੇ ਅਸੀਂ ਪੱਕਾ ਕਰਾ ਦਾਂਗੇ ਮੈਂ ਕਿਹਾ ਜੀ ਦੇਖ ਲਓ ਲਾਰੇ ਤਾਂ ਬਥੇਰੇ ਲਾਉਂਦੇ ਆ ਜ਼ਿਆਦਾ ਤਾਂ ਦੇਖਦੇ ਨੇ ਕਹਿੰਦਾ ਮੈਂ ਤੈਨੂੰ ਕਹਿਤਾ ਮੇਰੇ 'ਤੇ ਵਿਸ਼ਵਾਸ ਰੱਖ ਮੈਂ ਤੇਰਾ ਗੀਤ ਪੱਕਾ ਕਰਾਂਗਾ ਕਿੰਨੇ ਕੁ ਚਿਰ ਪਿੱਛੋਂ ਜਦੋਂ ਤੁਸੀਂ ਦਿੱਤਾ ਗੀਤ ਆ ਗਿਆ ਮਾਰਕੀਟ 'ਚ ਬਸ ਜੀ ਉਹਦੀ ਰਿਕਾਰਡਿੰਗ 'ਚ 15 ਕੁ ਦਿਨ ਸੀ ਮੈਨੂੰ ਤਾਂ ਪਤਾ ਨਹੀਂ ਸੀ ਉਹਦੇ ਇੱਕ ਦਫ਼ਤਰ 'ਚ ਮੁੰਡਾ ਹੁੰਦਾ ਸੀ ਸੱਤਾ ਕਲਰਕ ਉਹਦਾ ਠੀਕ ਆ ਉਹਨੇ ਫਿਰ ਬਾਅਦ 'ਚ ਮੈਨੂੰ ਦੱਸਿਆ ਰਮਲਾ ਜੀ ਤਾਂ ਚਲੇ ਗਏ ਜੀ ਕਹਿੰਦਾ ਵੀ 15 ਤਰੀਕ ਦੀ ਰਿਕਾਰਡਿੰਗ ਆ ਅਸੀਂ ਉਹ 'ਚ ਹੀ ਸਿਰੇ ਪਵਾ ਦਾਂਗੇ ਕਹਿ ਕੇ ਅਸੀਂ ਰਮਲਾ ਜੀ ਵਾਹ ਹਾਂਜੀ ਅਤੇ ਉਹ ਫਿਰ ਮੇਰਾ ਗੀਤ ਰਿਕਾਰਡ ਹੋ ਗਿਆ ਰਿਲੀਜ਼ ਹੋਇਆ ਜੀ ਵਾਹਵਾ ਚੱਲ ਗਿਆ ਗੀਤ ਚੰਗਾ ਚੱਲਿਆ ਹਾਂਜੀ ਫਿਰ ਮੈਂ ਛਿੰਦੇ ਨੂੰ ਮਿਲਣਾ ਛਿੰਦੇ ਦਾ ਥੋੜ੍ਹਾ ਜਿਹਾ ਉਦੋਂ ਭਾਅ ਜੀ ਦਾ ਬਹੁਤਾ ਨਾਂ ਸੀਗਾ ਜੀ ਇਹ ਬਿਨਾਂ ਕੋਈ ਗੱਲਬਾਤ ਕਰਨ ਅੱਛਾ ਜੀ ਇਹ ਕਿਹੜੀ ਸਨ ਦੀ ਗੱਲ ਕਰਦੇ ਜੀ ਇਹ 81-82 ਦੀ ਹੈ ਉਦੋਂ ਆਇਆ ਰਿਕਾਰਡ ਹਾਂਜੀ ਸਦੀਕ ਸਾਹਿਬ ਨਾਲ ਸਾਂਝਾ ਹਾਂ ਸਦੀਕ ਨਾਲ ਆਇਆ ਸੀ ਸਭ ਨੂੰ ਚਾਰ ਚਾਰ ਗੀਤ ਹਾਂਜੀ ਅੱਛਾ ਛਿੰਦਾ ਜੀ ਬਾਰੇ ਤੁਸੀਂ ਦੱਸ ਰਹੇ ਸੀ ਛਿੰਦਾ ਜੀ ਆਇਆ ਕਰਨ ਬਸ ਗੱਲਬਾਤ ਬੈਠੇ ਹੁੰਦੇ ਸੀ ਦਫ਼ਤਰ 'ਚ ਸੁਣਿਆ ਇਹਨਾਂ ਕਰਨ ਖਾਸ ਫਿਰ ਇੱਕ ਮੁੰਡਾ ਫਿਲਗੇ ਤੋਂ ਸੀ ਪਰਸਾ ਜੀ ਅੱਛਾ ਜੀ ਉਹਦੇ ਨਾਲ ਇਹ ਟਾਈਟਲ ਦੇ ਪੋਜ ਬਣਾਉਂਦਾ ਹੁੰਦਾ ਸੀ ਜਦੋਂ ਇਹਨਾਂ ਦਾ ਆਉਂਦਾ ਸੀ ਨਾ ਠੀਕ ਆ ਐਲ ਪੀ ਮੈਂ ਉਹਨੂੰ ਮਿਲਿਆ ਹਾਂਜੀ ਉਹ ਵਾਕਫ ਸੀ ਮੇਰਾ ਅੱਛਾ ਫਿਰ ਉਹ ਗਿਆ ਮੇਰੇ ਨਾਲ ਉਹਨੇ ਕਿਹਾ ਕਹਿੰਦਾ ਵੀ ਤੁਸੀਂ ਐਂ ਕਰੋ ਵੀ ਨਹੀਂ ਗੀਤ ਅਸੀਂ ਗੀਤ ਨਹੀਂ ਮੈਂ ਕਹਿੰਦਾ ਵੀ ਰਿਕਾਰਡ ਕਰਾਓ ਇਹਦੇ ਤੁਸੀਂ ਇੱਕ ਵਾਰੀ ਦੇਖੋ ਤਾਂ ਸਹੀ ਪੜ੍ਹੋ ਤਾਂ ਸਹੀ ਪੜ੍ਹਨ ਦੀ ਤਾਂ ਤੁਹਾਨੂੰ ਹੈਗੇ ਹਾਂਜੀ ਚਲੋ ਜੀ ਭਾਅ ਜੀ ਕਹਿੰਦੇ ਚੱਲ ਬਹਿ ਜਾ ਕਹਿੰਦੇ ਤੂੰ ਸੁਣਾ ਠੀਕ ਆ ਮੈਂ ਉਹਨਾਂ ਨੂੰ ਆਹੀ ਸੁਣਾਇਆ ਜੀ ਦਿੱਤਾ ਭੂੰਡ ਚਮੇੜ ਵਿਚੋਲੇ ਖੰਡ ਦੀ ਹੋਰ ਜਦੋਂ ਮੈਂ ਬਾਲਡਿੰਗ ਸੁਣਾਉਂਦਾ ਸੀ ਜਿਹਦੀ ਭਾਅ ਜੀ ਸੱਸਣ ਲੱਗ ਗਏ ਛਿੰਦਾ ਜੀ ਵਾਹ ਹਾਂ ਠੀਕ ਆ ਅਤੇ ਪੂਰਾ ਗੀਤ ਸੁਣਾਇਆ ਕਹਿੰਦਾ ਮੱਖਣ ਸਿੰਘ ਅਸੀਂ ਤਾਂ ਯਾਰ ਉਈ ਸਮਝਦੇ ਸੀ ਕਹਿੰਦਾ ਇੱਥੇ ਆਉਂਦੇ ਹੀ ਬਹੁਤ ਇੱਦਾਂ ਦੇ ਬੰਦੇ ਆ ਕੋਈ ਗਾਦਮ ਨਹੀਂ ਹੁੰਦਾ ਠੀਕ ਆ ਆ ਜਾਂਦੇ ਆ ਗੀਤ ਲੈ ਕੇ ਕਹਿੰਦੇ ਤੇਰਾ ਗੀਤ ਸੀ ਯਾਰ ਲਿਖ ਸੀ ਬਹੁਤ ਵਧੀਆ ਤੇਰੀ ਅੱਛਾ ਜੀ ਮੈਂ ਇਹ ਤੇਰਾ ਗੀਤ ਉਹਨੇ ਵੀ ਉਦੋਂ ਹੀ ਕਹਿਤਾ ਉਦੋਂ ਹੀ ਕਹਿਤਾ ਵੀ ਇਹ ਤੇਰਾ ਗੀਤ 21 ਦੀ ਰਿਕਾਰਡਿੰਗ 'ਚ ਕਰਾਂ ਅੱਛਾ ਹੋ ਜਾਊਗਾ ਜੀ ਠੀਕ ਆ ਬਸ ਫਿਰ ਉਹ ਛਿੰਦਾ ਜੀ ਨੇ ਵੀ ਕਰਾਤਾ ਵਾਹ ਵੱਡੀਆਂ ਆਵਾਜ਼ਾਂ ਦੇ ਵਿੱਚ ਰਿਕਾਰਡ ਹਾਂਜੀ ਰਮਲਾ ਸਾਹਿਬ ਸੁਖਮਤ ਕੌਰ ਹਨਾ ਹਾਂਜੀ ਛਿੰਦਾ ਜੀ ਗੁਲਸ਼ਨ ਕੌਰ ਮਿਲਾ ਫਿਰ ਉਹਨਾਂ ਨੇ ਉਹ ਕਰਾਤਾ ਜੀ ਉਹ ਰਿਲੀਜ਼ ਹੋਇਆ ਵਾਹਵਾ ਚੱਲ ਗਿਆ ਉਹ ਵੀ ਗੀਤ ਵਾਹਵਾ ਨਾਂ ਬਣ ਗਿਆ ਅੱਛਾ ਜੀ ਫਿਰ ਮੇਰਾ ਬਾਹਰ ਦਾ ਹੀ ਕੰਮ ਸੀ ਭਾਅ ਜੀ ਮੈਂ ਜਾਂ ਬਿਹਾਰ 'ਚ ਇੱਧਰ ਰਾਜਸਥਾਨ ਹਿਮਾਚਲ ਜੇ ਐਂਡ ਕੇ ਜੰਮੂ ਕਸ਼ਮੀਰ ਇੱਧਰ ਹੀ ਕੰਮ ਕਰਦਾ ਸੀ ਕੱਪੜਾ ਲੈ ਜਾਂਦੇ ਸੀ ਹਾਂਜੀ ਉੱਧਰ ਕੰਮ ਕਰਦਾ ਸੀ ਠੀਕ ਆ ਫਿਰ ਮੈਂ ਆਉਣਾ ਤਾਂ ਜਿਹੜੇ ਦੋ ਤਿੰਨ ਗੀਤ ਲਿਖਣੇ ਛਿੰਦਾ ਜੀ ਨੂੰ ਕਾਪੀ 'ਤੇ ਲਿਖ ਕੇ ਦੇ ਆਉਣੇ ਅੱਛਾ ਫਿਰ ਉਹਨਾਂ ਨੇ ਮੇਰੀ ਲੋੜ ਹੀ ਨਹੀਂ ਸਮਝੂ ਉਹ ਜਿਹੜਾ ਉਹਨਾਂ ਨੂੰ ਪਸੰਦ ਆਉਂਦਾ ਸੀ ਕੱਢ ਕੇ ਰਿਕਾਰਡ ਕਰਾ ਦਿੰਦੇ ਸੀ ਛਿੰਦਾ ਜੀ ਨੇ ਕਿੰਨੇ ਗੀਤ ਰਿਕਾਰਡ ਕੀਤੇ ਤੁਹਾਡੇ ਛਿੰਦਾ ਜੀ ਨੇ ਮੈਂ ਤੁਹਾਨੂੰ ਦੱਸ ਦਿੰਦਾ ਜੀ ਮੇਰਾ ਕਿਰਾਇਆ ਦਿੱਤਾ ਭੂੰਡ ਚਮੇੜ ਵਿਚੋਲੇ ਖੰਡ ਦੀ ਬੋਰੀ ਨੂੰ ਜੀ ਸ਼ੱਕ ਨਾ ਕਰੋ ਪਤਾ ਕਰੋ ਸੱਚ ਦਾ ਅੰਤ ਬੁਰਾ ਲੁੱਕੋ ਹੁੰਦਾ ਸ਼ੱਕ ਬਹੁਤ ਤਕੜਾ ਗੀਤ ਆ ਜੀ ਬਹੁਤ ਵਧੀਆ ਹਾਂਜੀ ਅਤੇ ਜਾਣ ਦੇ ਸ਼ਤਾਨ ਜੀ ਜੇ ਚੰਗਾ ਹੁੰਦਾ ਵਾ ਪਿਆਰ ਦੂਰ ਦੂਰ ਦਾ ਹਾਂਜੀ 20 ਸਾਲਾਂ 'ਚੋਂ ਲੱਭਿਆ ਨਾ ਪੰਜਾਂ 'ਚੋਂ ਬਾਪੂ ਕਿਹੜਾ ਜੀ ਇਹ ਕਰਾਈ ਜੀ ਮੇਰੇ ਛਿੰਦਾ ਜੀ ਚਾਰ ਕੁ ਗੀਤ ਹੋ ਗਏ ਹਾਂ ਹਾਂਜੀ ਠੀਕ ਹੈ ਜੀ